ਫਤਿਹਵੀਰ ਚਲਾ ਗਿਆ, ਫਤਿਹਵੀਰ ਤੋਂ ਬਾਅਦ ਹੁਣ ਸਿਰਫ ਥਿਊਰੀਜ਼ ਰਹਿ ਗਈਆਂ ਸਾਡੇ ਕੋਲੇ, ਪਰ ਕੀ ਵਾਕਈ ਅਸੀਂ ਫਤਿਹਵੀਰ ਨੂੰ ਬਚਾ ਸਕਦੇ ਸੀਗੇ? ਫਤਿਹਵੀਰ ਲਗਾਤਾਰ 6 ਦਿਨ ਨੰਨਾ ਮਸੂਮ, ਉਹ ਜਦੋਂ ਅਸੀਂ 5 ਮਿੰਟ ਗਰਮੀ 'ਚ ਨਹੀਂ ਖੜ ਸਕਦੇ ਉਸ ਬੋਰ ਦੇ ਵਿੱਚ ਸੀਗਾ। ਕੁਝ ਲੋਕ ਨੇ ਜਜ਼ਬਾਤ ਹੁੰਦੇ ਆ, ਮੈਂ ਸਮਝ ਸਕਦਾ, ਤੁਹਾਡੇ ਤੁਸੀਂ ਜਵਾਨ ਵੀ ਹੋ, ਜਜ਼ਬਾਤ ਵੀ ਨੇ, ਪਰ ਤੁਹਾਨੂੰ ਲੱਗਦਾ ਕਿ ਬਚਾ ਸਕਦੇ ਸੀ? ਬਾਈ ਸੱਚੀ ਗੱਲ ਹੈ, ਜਵਾਕ ਬਚ ਜਾਂਦਾ। ਮੇਰਾ ਖੁਦ ਦਾ 2 ਸਾਲ ਦਾ ਜਵਾਕ ਹੈ ਯਾਰ, ਮੇਰੇ ਦਿਲ ਨਿਕਲਿਆ ਪਿਆ। ਮੈਂ 3 ਦਿਨ ਹੋ ਗਏ ਰੋਂਦੇ ਨੂੰ ਘਰੇ, ਮੈਂ ਉਰੇ ਵੀ ਆ ਕੇ ਗਿਆ, ਕੋਈ ਨਹੀਂ ਸੁਣਦਾ ਕਿਸੇ ਦੀ, ਆਮ ਬੰਦੇ ਦੀ ਕੋਈ ਨਹੀਂ ਸੁਣਦਾ। ਅੱਜ ਵੀ ਦਿਲ ਤੜਫਿਆ, ਤਾਂ ਕੱਲ ਨੂੰ ਮੇਰਾ ਵੀ ਜਵਾਕ ਹੋ ਸਕਦਾ ਸੀ ਇਹ, ਅੱਜ ਤੱਕ ਕਿਸੇ ਦਾ ਸੀ, ਇੱਥੇ ਹੋਰ ਖੜੇ ਨੇ ਉਹਨਾਂ ਦਾ ਵੀ ਹੋ ਸਕਦਾ ਸੀ। ਮੇਰਾ ਖੁਦ ਦਾ ਜਵਾਕ 2 ਸਾਲ ਦਾ, ਪਰਸੋਂ 2 ਸਾਲ ਦਾ ਹੋਇਆ। ਮੈਨੂੰ ਸੋਚ ਸੋਚ ਕੇ ਅੱਜ ਸਵੇਰੇ ਵੀ ਉਹ ਮੈਨੂੰ ਮਿਲਿਆ ਜਵਾਕ, ਮੇਰਾ ਇਹ ਜੀ ਨਿਕਲਿਆ ਵੀ ਯਾਰ ਉਹਨਾਂ ਦਾ ਹਾਲ ਕੀ ਹੁੰਦਾ ਹੋਊਗਾ ਮਾਂ ਪਿਓ ਦਾ। ਪਰ ਹੈ ਨਹੀਂ ਨਾ, ਵੋਟਾਂ ਲੰਘ ਗਈਆਂ, ਹੁਣ 5 ਸਾਲ ਬਾਅਦ ਚੇਤੇ ਕਰਾਂਗੇ ਅਸੀਂ। ਜੇ ਇਹੀ ਵੋਟਾਂ ਹੁੰਦੀਆਂ ਸਾਰੇ ਆਉਂਦੇ ਉਰੇ, ਦੇਖਦਾ ਤੈਨੂੰ ਮੈਂ, ਤੁਸੀਂ ਵੀ ਦੇਖਦੇ, ਬੱਠਲ ਚੱਕਦੇ ਨਾਲੇ ਸਾਰੇ ਕਰਾਉਂਦੇ। ਆ ਹੁਣ ਫਿਰ ਆਣਗੇ ਭੋਗ ਤੇ ਸਾਰੇ ਹੱਥ ਬੰਨਦੇ, ਅਸੀਂ ਐਂ ਕਰਿਆ ਜੇ ਅਸੀਂ ਫਲਾਣਾ ਕਰਿਆ, ਨਾਲੇ ਬਾਈ ਤੁਹਾਨੂੰ ਹੱਥ ਬੰਨ ਕੇ ਬੇਨਤੀ, ਇਹਨਾਂ ਦੇ ਇੰਟਰਵਿਊ ਨਾ ਦਿਖਾਇਓ, ਬਹੁਤ ਮਨ ਦੁਖੂਗਾ, ਬਾਲਾ ਦਿਲ ਦੁਖੂਗਾ ਵੀ ਆਹ ਅਸੀਂ ਐਂ ਕਰਿਆ ਸੀ, ਵਾਹ ਕਰਿਆ, ਜਿਹੜਾ ਕੁਝ ਕਰਨਾ ਸੀ ਆਮ ਬੰਦੇ ਨੇ ਕਰਿਆ, ਜਿੰਨੀ ਕੁ ਬਾਹਰ ਲੱਗੀ ਲਾ ਲਈ, ਉਹ ਬੱਚਿਆਂ ਨਹੀਂ ਵਿਚਾਰਾ, ਉਹ ਖਤਮ, ਸਾਰੇ ਡਰਾਮੇ ਕਰਨਗੇ ਆ ਕੇ, ਸਭ ਡਰਾਮੇ ਹੋਣਗੇ। ਐਨਡੀਆਰਐਫ ਜੇ ਨਾ ਆਉਂਦੀ ਤਾਂ ਆਮ ਹੁਣੇ ਇੱਕ ਸ਼ਖਸ ਤੁਹਾਡੇ ਤਰ੍ਹਾਂ ਬੜੇ ਜਜ਼ਬਾਤ 'ਚ ਸੀਗੇ। ਹੁਣੇ ਉਹਨਾਂ ਨੇ ਇੰਟਰਵਿਊ 'ਚ ਮੈਨੂੰ ਕਿਹਾ ਕਿ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ, ਪਰਿਵਾਰ ਨੂੰ, ਸਾਰੇ ਲੋਕ ਜਿਹੜੇ ਆਉਣਗੇ, ਕਿ ਫਤਿਹਵੀਰ ਦੇ ਭੋਗ ਨੂੰ ਸਿਆਸੀ ਨਾ ਹੁੰਦੀ ਹੈ, ਉੱਥੇ ਲੀਡਰਾਂ ਨੂੰ ਨਾ ਆਉਂਦੀ ਹੈ। ਉਹ ਕਹਿੰਦੇ ਬਿਲਕੁਲ ਸਹੀ ਗੱਲ ਹੈ ਵੀਰੇ, ਅਸੀਂ ਤਾਂ ਆਪ ਪਹਿਲਾਂ ਤੁਹਾਨੂੰ ਕਹਿ ਰਹੇ ਹਾਂ ਆ ਜਾਣਗੇ ਉੱਥੇ, ਤੇ ਇਹਨਾਂ ਨੇ ਡਲੇ ਪੈਣਗੇ ਇਹਨਾਂ ਦੇ, ਜੇ ਆ ਕੇ ਤਾਂ ਵੇਖੀ ਗੋਲੀਆਂ ਚੱਲਣਗੀਆਂ, ਸੰਦੇਸ਼ ਮਰਨ ਮਰਾਉਣ ਤੱਕ ਹੋਊਗਾ। ਮੈਂ ਬੇਨਤੀ ਕਰਦਾ, ਮੈਂ ਸਾਰਿਆਂ ਸਾਹਮਣੇ ਹੱਥ ਬੰਨਦਾ, 6 ਦਿਨ ਉਹ ਆਏ ਨਹੀਂ, 6 ਦਿਨ ਉਹ ਆਏ ਨਹੀਂ, ਤੇ ਹੁਣ ਸਾਰੇ ਆਉਣਗੇ। ਸਾਨੂੰ ਸਾਰੇ ਸੰਗਰੂਰ ਦੇ ਜ਼ਿਲ੍ਹੇ ਦੇ ਕਿਸੇ ਲੀਡਰ ਦੀ ਲੋੜ ਨਹੀਂ ਹੈਗੀ, ਕੋਈ ਨਾ ਆਵੇ, ਸਾਰੇ ਇੱਕੋ ਜਿਹੇ ਨੇ, ਇੱਕ ਨੂੰ ਨਹੀਂ ਫਰਕ ਪੈਂਦਾ। ਜਦੋਂ ਉਹ ਕੱਢਿਆ ਨਾ ਉੱਥੇ DC ਸੀ, ਨਾ SSP ਸੀ, ਨਾ ਕੋਈ ਸੀ, ਉਦੋਂ ਇਹਨਾਂ ਨੂੰ ਕਿਵੇਂ ਭਣਕ ਪੈ ਗਈ ਵੀ ਉੱਥੇ ਹੈ ਨੀਗਾ ਉਹ, ਉਦੋਂ ਤਾਂ ਕਿਉਂ ਭੱਜ ਲਏ? ਪੂਰੀ ਦੁਨੀਆ, ਜੇ ਉਹ ਪੂਰੀ ਦੁਨੀਆ ਦੇ ਵਿੱਚ ਜੱਗੇ ਦਾ ਨਾਮ ਬਹੁਤ ਗਿਆ, ਬਾਹਰਲੇ NRI ਵੀਰਾਂ ਨੇ ਵੀ ਕਿਹਾ ਕਿ ਜੱਗਾ ਕਿੱਥੇ ਹੈ, ਹੋਇਆ ਕੀ ਹੈ, ਜੱਗਾ ਗਿਆ ਕਿੱਥੇ, ਉਹ ਕੀ ਸੱਚੀ ਬਿਮਾਰ ਹੋ ਗਿਆ, ਕੀ ਹੋਇਆ? ਮੈਂ ਜੱਗੇ ਦਾ ਦੱਸਦਾ, ਜੱਗਾ ਕੱਢ ਸਕਦਾ ਸੀ, ਜੱਗਾ ਕੱਢ ਸਕਦਾ ਸੀ, ਜੱਗੇ ਨੇ ਕੱਢਿਆ ਨਹੀਂ, ਰੌਲਾ ਇਹ ਪੈ ਗਿਆ, ਉਹ ਕਹਿੰਦੇ NDRF ਵਾਲੇ ਕਹਿੰਦੇ ਵੀ ਤੂੰ ਸਾਡੀ ਵਰਦੀ ਪਾ, ਉਹ ਕਹਿੰਦਾ ਹਾਲਾ ਕਹਿੰਦਾ ਮੈਂ ਪਾਉਣੀ ਨਹੀਂ, ਚੱਕਰ ਇਹ ਪੈ ਗਿਆ, ਉਹਨੇ ਇਹ ਸੋਚ ਲਿਆ ਵੀ ਯਾਰ ਮੈਂ ਜੇ ਵਰਦੀ ਪਾ ਲਈ ਤਾਂ ਮੈਂ ਜੱਗਾ ਮਸ਼ਹੂਰ ਨਹੀਂ ਹੋਊਗਾ, ਠੀਕ ਹੈ, NDRF ਵਾਲੇ ਮਸ਼ਹੂਰ ਹੋ ਜਾਣਗੇ, ਰੌਲਾ ਆ ਪੈ ਗਿਆ, ਵਰਦੀ ਚੌਧਰ ਜਿਨ੍ਹਾਂ ਨੇ ਜਵਾਕ ਮਾਰ, ਉਹਨੂੰ ਸੀ ਮੇਰਾ ਨਾਂ ਹੋ ਜੇ, ਉਹਨੂੰ ਸੀ NDRF ਨੂੰ ਸੀ ਵੀ ਸਾਡੀ ਸਰਕਾਰ ਦਾ ਨਾਂ ਹੋ ਜੇ, ਹੋਰ ਕੁਛ ਨਹੀਂ ਸੀ। ਜਵਾਕ ਨਾਲ ਤਾਂ ਹਮਦਰਦੀ ਹੈ ਹੀ ਨਹੀਂ ਸੀ, ਨਹੀਂ 6 ਦਿਨ ਲੱਗਦੇ ਸੀ, ਤੁਸੀਂ ਆਪ ਸਿਆਣੇ ਹੋ ਯਾਰ, ਊਂ ਤਾਂ ਇਹ ਗੱਲਾਂ ਕਰਦੇ ਨੇ ਅਸੀਂ ਪਾਕਿਸਤਾਨ ਡਾ ਦਾਂਗੇ ਇੱਕ ਦਿਨ 'ਚ, ਵਰਦੀ ਪਾ ਕੇ ਬਾਅਦ 'ਚ ਬਿਆਨ ਦੇ ਦਿੰਦਾ ਮੈਂ NDRF ਦੀ ਵਰਦੀ ਪਾਈ ਸੀ, ਇੱਕ ਬੱਚੇ ਦੀ ਮਾਸੂਮ ਦੀ ਜਾਨ ਬਚ ਜਾਂਦੀ, ਊਂ ਤਾਂ ਇਹ ਗੱਲਾਂ ਕਰਦੇ ਨੇ ਪਾਕਿਸਤਾਨ ਡਾ ਦਾਂਗੇ ਅਸੀਂ, ਚੀਨ ਡਾ ਦਾਂਗੇ, ਜਵਾਕ ਤਾਂ ਬਚਦਾ ਨਹੀਂ ਇਹਨਾਂ ਤੋਂ, ਕੀ ਡਾਂਗ ਕਹਿੰਦੀ। 24 ਘੰਟੇ 'ਚ ਅਸੀਂ ਪਾਕਿਸਤਾਨ ਹਮਲਾ ਕਰਤਾ ਸੀ, ਆਹ ਹੁਣ ਕੀ ਹੈ, ਆਹ ਸਾਹਮਣੇ ਰਿਜ਼ਲਟ ਆ, ਸਾਰੇ ਲੋਕ ਖੜੇ ਨੇ, ਸਿਰਫ ਇੱਕ ਆਪਣੀ ਮਸ਼ਹੂਰੀ ਕਰਕੇ ਜਵਾਕ ਦੀ ਜਾਨ ਲੈ ਲਈ ਸਰਕਾਰ ਨੇ, ਇੱਕ ਨਾਮ ਕਰਕੇ ਵੀ ਸਾਡਾ ਨਾਮ ਨਹੀਂ ਹੋਣਾ ਜੇ NDRF ਨੇ ਨਾ ਕੱਢਿਆ। ਪਹਿਲੇ ਦਿਨ ਡੇਰੇ ਦੀ ਲੋਕਾਂ ਨੇ ਬਹੁਤ ਤਾਰੀਫ ਕੀਤੀ ਸੀ, ਪਰ ਬਾਅਦ ਦੇ ਵਿੱਚ ਹੁਣ ਵੀ ਤਾਰੀਫ ਦੇ ਕਾਬਲ ਹੈ, ਮਿਹਨਤ ਕੀਤੀ ਆ ਉਹਨਾਂ ਨੇ, ਸੇਵਾ ਕੀਤੀ ਆ ਉਹਨਾਂ ਨੇ, ਪਰ ਯਾਰ ਇੱਕ ਗੱਲ ਤੁਸੀਂ ਦੱਸੋ, ਇਹ ਬੰਦੇ ਨੂੰ ਕੈਮਰਾ ਚਲਾਉਣਾ ਆਉਂਦਾ, ਇਸੇ ਨੂੰ ਪਤਾ ਹੈ, ਜਾਣ ਬੰਦੇ ਨੂੰ ਤਾਂ ਨਹੀਂ ਪਤਾ, ਉਹ ਵਿਚਾਰੇ ਟੈਕਨੀਕਲ ਨਹੀਂ ਹੈਗੇ, ਉਹਨਾਂ ਨੇ ਮਿਹਨਤ ਕਰ ਸਕਦੇ ਸੀ, ਹੱਥੀ ਮਿਹਨਤ ਕਰ ਸਕਦੇ, ਕਰੀ ਜਾ ਉਹਨਾਂ ਨੇ, ਤੁਸੀਂ ਟੈਕਨੀਕਲ ਬੰਦੇ ਤਾਂ ਲਾਓ, ਕੀ ਗੱਲ ਪੰਜਾਬ 'ਚ ਇੰਜੀਨੀਅਰ ਨਹੀਂ ਹੈਗੇ, ਕਿ ਪੰਜਾਬ 'ਚ ਕੋਈ ਵਧੀਆ ਹੈ ਨਹੀਂ, ਜਦ ਇਹਨਾਂ ਦੀ ਟੀਮ ਕਹਿ ਰਹੀ ਆ ਵੀ ਅਸੀਂ 50 ਫੁੱਟ ਤੋਂ ਵੱਧ ਪ੍ਰੇਸ਼ਨ ਹੀ ਨਹੀਂ ਕਦੇ ਕੋਈ ਕੀਤਾ,
ਫਿਰ ਉਹਦੇ ਵਿੱਚ ਫਿਰ ਹੁਣੇ ਕਿੱਥੋਂ ਕਰ ਰਹੇ ਪਹਿਲੇ ਦੇ ਨਹੀਂ ਪਤਾ ਸੀ ਇਹ ਔਰ ਮੰਤਰੀ ਬਿਆਨ ਦੇ ਰਿਹਾ ਹੈ ਮੰਤਰੀ ਬਿਆਨ ਦੇ ਰਿਹਾ ਹੈ ਉਦੋਂ ਤਾਂ ਵਜਿੰਦਰ ਸਿੰਗਲਾ ਕਹਿੰਦਾ ਸੀ ਕਿ ਇਹ ਸਾਡੇ ਸਾਰੇ ਐਕਸਪਰਟ ਨੇ ਜੀ ਹੁਣੇ ਉਹ 50 ਮਿੰਟਾਂ 'ਚ ਡੀਸੀ ਵੀ ਕਹਿ ਗਿਆ ਉਹ ਵੀ ਕਹਿ ਗਿਆ ਕਿ ਇਹ ਤਾਂ ਜੀ 50 ਫੁੱਟ ਤੋਂ ਵੱਧ ਕਦੀ ਕਰਿਆ ਨਹੀਂ ਸੀ ਫਿਰ ਲਾਇਆ ਕਿਉਂ ਯਾਰ ਫਿਰ ਲਾਏ ਕਿਉਂ ਕੇਂਦਰ ਤੋਂ ਮਦਦ ਕਿਉਂ ਨਹੀਂ ਲਈ ਫਿਰ ਆਰਮੀ ਕਿਉਂ ਨਹੀਂ ਆਰਮੀ ਸੱਦੀ ਹੈ ਕੱਲ ਵੀ ਜਦੋਂ ਲੋਕਾਂ ਨੇ ਰੋਡ ਜਾਮ ਕਰੇ ਨੇ ਬੇਵਕੂਫ ਬਣਾਉਣ ਲਈ ਕਹਿੰਦਾ ਆਰਮੀ ਆ ਗਈ ਕੰਮ ਤਾਂ ਫਿਰ ਵੀ ਆਰਮੀ ਨੇ ਕਰਿਆ ਨਹੀਂ ਉਹ ਤਾਂ ਸਾਈਡ ਤੇ ਰਹੇ ਨੇ ਕਿਉਂ ਨਹੀਂ ਹੈਂਡ ਓਵਰ ਦਿੱਤਾ ਉਹਨਾਂ ਨੂੰ ਸਿਰਫ ਮੂਰਖ ਬਣਾਇਆ ਕੀ ਗੱਲ ਹੈਲੀਕਾਪਟਰ ਮੰਗਾਇਆ ਗਿਆ ਡਰਾਮਾ ਕੀਤਾ ਗਿਆ ਸਾਰੇ ਡਰਾਮੇ ਫੋਟੋਆਂ ਖਿੱਚਣ ਨੂੰ ਭੇਜਿਆ ਸੀ ਹੈਲੀਕਾਪਟਰ ਔਰ ਇਹ ਵੀ ਕਿਹਾ ਜਾ ਰਿਹਾ ਕਿ ਇਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਫਤਿਹਵੀਰ ਹੁਣ ਨਹੀਂ ਰਿਹਾ ਸਿਰਫ ਇਹ ਡਰਾਮੇ ਪਹਿਲਾਂ ਹੀ ਪਤਾ ਸੀ ਜਿਹਦੀ ਪਲੈਨਿੰਗ ਕੀ ਸੀ ਸਰਕਾਰ ਦੀ ਪਤਾ ਸੀ ਇੰਨੀ ਸਮੈਲ ਉੱਥੇ ਸਭ ਨੂੰ ਪਤਾ ਆਪਾਂ ਨਿਆਣੇ ਨਹੀਂ ਹੈਗੇ ਸਾਰੀ ਦੁਨੀਆ ਦੇਖਦੀ ਉਹਨਾਂ ਨੂੰ ਸਭ ਪਤਾ ਸੀ ਸਵੇਰੇ ਹੀ ਕਿਉਂ ਨਾ ਸਾਡਾ ਜਿਗਰਾ ਨਹੀਂ ਮੰਨਦਾ ਕਿ ਅਸੀਂ ਇਹ ਗੱਲ ਕਹਿ ਸਕਦੇ ਗੱਲ ਸੁਣ ਫਿਰ ਇਹਨਾਂ ਨੇ ਫਤਿਹਵੀਰ ਨੂੰ ਸਵੇਰੇ 5 ਵਜੇ ਕੱਢਿਆ ਉਦੋਂ ਅੱਧੇ ਲੋਕ ਜਾ ਵੜੇ ਜਦੋਂ ਸਾਰੇ ਚਲੇ ਗਏ ਮੇਰੀ ਗੱਲ ਸੁਣ ਨੂੰ ਡਾਂਗ ਵੀ ਤਾਂ ਹੀ ਖੜਕਾਈ ਕਿ ਲੋਕ ਪਰੇ ਹੋ ਜਾਣ ਡਰ ਜਾਣ ਭੱਜ ਜਾਣ ਤੇ ਡਰ ਕੇ ਭੱਜ ਜਾਣ ਇਹੀ ਪਲੈਨਿੰਗ ਸੀ ਸਵੇਰੇ ਫਤਿਹਵੀਰ ਨੂੰ ਕੱਢਣ ਦੀ ਕਿ ਹੁਣ ਲੋਕ ਹੈ ਨਹੀਂ ਕਿ ਮਾਹੌਲ ਸ਼ਾਂਤ ਹੈ ਜੇ ਆਸ ਟਾਈਮ ਫਤਿਹਵੀਰ ਨੂੰ ਕੱਢਦੇ ਤਾਂ ਉੱਥੇ ਰੋਸ ਹੋਣਾ ਸੀਗਾ ਲੋਕ ਹੁਣ ਰੋਸ ਕਰ ਰਹੇ ਨੇ ਉਹਨਾਂ ਨੇ ਪਲੈਨਿੰਗ ਕਰਕੇ ਪੂਰਾ ਫੇਰ ਫਤਿਹ ਨੂੰ ਕੱਢਿਆ ਫਤਿਹਵੀਰ ਨੂੰ ਜਵਾਕ ਨੂੰ ਆਪਣੇ ਘਰ ਵੀ ਨਹੀਂ ਜਾਣ ਦਿੱਤਾ ਫਤਿਹਵੀਰ ਨੂੰ ਕੱਢ ਲਿਆ ਕੀ ਮਤਲਬ ਬਣਿਆ ਇੱਕ ਮਾਪਿਓ ਕੋਲੇ ਬੱਚਾ ਨਹੀਂ ਮਿਲ ਸਕਦਾ ਸੀ ਫਤਿਹਵੀਰ ਨੂੰ ਮਰੇ ਪਏ ਨੂੰ ਯਾਰ PGI ਲੈ ਗਏ ਮਰੇ ਪਏ ਨੂੰ ਉਹਨਾਂ ਨੂੰ ਪਤਾ ਸੀ ਵੀ ਮਰਿਆ ਪਿਆ ਇਹ PGI ਵਾਲੇ ਨੇ ਆਪ ਵੀਡੀਓ ਬਣਾਈ ਹੈ ਤੁਹਾਡੀ ਵੀਡੀਓ ਦੇ ਵਿੱਚ ਸਾਫ ਦਿਖ ਰਿਹਾ ਉਹਦਾ ਮੂੰਹ ਟਕਿਆ ਹੋਇਆ ਤੇ ਮੂੰਹ ਟਕਿਆ ਹੋਇਆ ਦੂਜੇ ਬੰਦੇ ਨੂੰ ਲੈ ਕੇ ਜਾਂਦੇ ਨੇ ਜਿੰਦੇ ਬੰਦੇ ਦਾ ਮੂੰਹ ਨਹੀਂ ਟਕਿਆ ਹੋਣਾ ਇੱਕ ਬੰਦਾ ਉਹਨਾਂ ਨੂੰ ਮਿਲ ਲੈਣ ਦੋ ਵਿਚਾਰਿਆਂ ਨੂੰ ਸਾਰੀ 6 ਦਿਨ ਦੇ ਡੀਕਦੇ ਨੇ ਕਿਉਂ ਨਹੀਂ ਲੈ ਕੇ ਗਏ ਕਿਉਂ ਨਹੀਂ ਇੱਕ ਬੰਦਾ ਵੀਰੇ ਬਾਜੀਗਰ ਸੀਗਾ ਗਰੀਬ ਬੰਦਾ ਸੀ ਆਪਣੀ ਬੱਚੀ ਨੂੰ ਲੈ ਕੇ ਆ ਵੀ ਇਹਦੇ ਹੱਥ ਪੈਰ ਬੰਨ ਕੇ ਮੈਂ ਨੀਚੇ ਛੱਡਦਾ ਵੀ ਇਹਦੀਆਂ ਬਾਹਾਂ ਫੜ ਕੇ ਉੱਪਰ ਖੱਡ ਕੇ ਲਿਆਊਗੀ ਇਹਨਾਂ ਨੇ ਉਹ ਵੀ ਨਹੀਂ ਕਰਨ ਦਿੱਤਾ ਇੱਕ ਰਾਜਸਥਾਨ ਦਾ ਵੀ ਆਇਆ 6 ਸਾਲ ਦੇ ਮੁੰਡੇ ਨੂੰ ਲੈ ਕੇ ਸਰਕਸ ਦੇ ਵਿੱਚ ਕੰਮ ਕਰਦਾ ਸੀ ਕੋਈ ਉਹਨੇ ਵੀ ਕਿਹਾ ਸੀ ਜੇ ਮੇਰੇ ਬੱਚੇ ਨੂੰ ਕੁਝ ਹੁੰਦਾ ਮੈਂ ਜ਼ਿੰਮੇਵਾਰ ਹਾਂ ਠੀਕ ਹੈ ਉਹਨਾਂ ਨੇ ਪਾਈਪ ਦੇ ਵਿੱਚ ਉਹਨਾਂ ਨੂੰ ਦਿਖਾਇਆ ਵੀ ਸੀ ਬੱਚੇ ਨੂੰ ਪਾ ਕੇ ਵੀ ਹੁਣ ਸਿਰਫ ਅਫਸੋਸ ਹੈ ਸਾਡੇ ਕੋਲੇ ਅਸੀਂ ਇਹ ਕਰ ਸਕਦੇ ਸੀਗੇ ਉਹ ਕਰ ਸਕਦੇ ਸੀ ਪਰ ਸਰਕਾਰ ਤੇ ਸਵਾਲ ਹਮੇਸ਼ਾ ਉੱਠਦੇ ਰਹਿਣਗੇ ਜਦੋਂ ਤੱਕ ਇਹ ਕਾਇਨਾਤ ਹੈ ਫਤਿਹਵੀਰ ਯਾਦ ਰਹੂਗਾ ਤੇ ਹਰੇਕ ਇਨਸਾਨ ਜਿਸ ਨੇ ਦੇਖਿਆ 5 ਦਿਨ 6 ਦਿਨ ਪੂਰਾ ਉਹ ਹਮੇਸ਼ਾ ਸਵਾਲ ਕਰਦਾ ਰਹੂਗਾ ਕਿ ਅਸੀਂ ਫਤਿਹਵੀਰ ਨੂੰ ਬਚਾ ਸਕਦੇ ਸੀ ਅਫਸੋਸ ਸਾਡੇ ਸਾਰਿਆਂ ਦੇ ਦਿਲਾਂ 'ਚ ਰਹੂਗਾ ਚਾਹੇ ਉਹ ਕੋਈ ਵੀ ਹੈ ਚਾਹੇ ਮੀਡੀਆ ਵਾਲਾ ਹੈ ਚਾਹੇ ਆਮ ਇਨਸਾਨ ਨੇ 6 ਦਿਨ ਜੋ ਵੀ ਵਿਅਕਤੀ ਇੱਥੇ ਆ ਕੇ ਖੜਾ ਰਿਹਾ ਜੋ ਵੀ ਆਪਦੇ ਮੋਬਾਈਲਸ 'ਤੇ ਟੀਵੀਆਂ 'ਤੇ ਦੇਖਦਾ ਰਿਹਾ ਹਰੇਕ ਦੀ ਦੁਆ ਸੀ ਅਰਦਾਸ ਸੀਗੀ ਪਰ ਅਫਸੋਸ ਅਸੀਂ ਫਤਿਹਵੀਰ ਨੂੰ ਨਹੀਂ ਬਚਾ ਸਕੇ ਕੈਮਰਾ ਪਰਸਨ ਦਰਸ਼ਨ ਸਿੰਘ ਦਰਸ਼ੀ ਦੇ ਨਾਲ ਸਿਮਰਨਜੋਤ ਸਿੰਘ ਡੇਲੀ ਪੋਸਟ ਭਗਵਾਨਪੁਰਾ ਸੁਨਾਮ ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ ਅੱਜ ਹੀ ਕੰਟੈਕਟ ਕਰੋ 9552563963